ਵਕਤ ਬਾਅਦ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ ਔਰ ਵਿਚਾਰ ਵਟਾਂਦਰਾ ਅੱਜ ਅਸੀਂ ਕਰ ਰਹੇ ਹਾਂ ਜੀ ਡਰੱਗ ਅਬਿਊਜ਼ ਦੀ ਔਰ ਜੇਕਰ ਗੱਲ ਕਰੀਏ ਨਸ਼ੇ ਦੀ ਤਾਂ ਪੰਜਾਬ ਦੇ ਬਾਰੇ ਅਸੀਂ ਗੱਲ ਕਰਦੇ ਹਾਂ, ਉੱਥੇ ਦੀ ਜਵਾਨੀ ਦੇ ਬਾਰੇ ਗੱਲ ਕਰਦੇ ਹਾਂ, ਲੇਕਿਨ ਉਹਦਾ ਕੀ ਜੋ ਜਵਾਨੀ ਇੱਥੇ ਹੈਗੀ ਹੈ, ਜੋ ਸਾਡੇ ਵਿੱਚ ਹੈਗੀ ਹੈ, ਨੌਰਥ ਅਮੈਰੀਕਾ ਦੇ ਵਿੱਚ ਹੈਗੀ ਹੈ, ਉਹਦੇ ਬਾਰੇ ਕੀ, ਉਹ ਕਿਸ ਪਾਸੇ ਤੁਰ ਰਹੇ ਨੇ? ਕਈ ਵਾਰੀ ਵੀਡੀਓਜ਼ ਵਾਇਰਲ ਹੋਈਆਂ ਹਨ ਸੋਸ਼ਲ ਮੀਡੀਆ ਦੇ ਉੱਤੇ ਕਿ ਅਸੀਂ ਵੇਖਿਆ ਕਿ ਯੰਗਸਟਰਸ ਨੂੰ ਲੜਦੇ ਹੋਏ, ਫਾਈਟ ਕਰਦੇ ਹੋਏ, ਯੂਜ਼ਿੰਗ ਆਫ ਡਰੱਗਸ, ਨਸ਼ੇ ਦੀ ਵਰਤੋਂ ਕਰਦੇ ਹੋਏ ਵੇਖਿਆ, ਕਈ ਅਜਿਹੀਆਂ ਗੱਲਾਂ ਸਾਹਮਣੇ ਆਈਆਂ ਹਨ, ਅਤੇ ਕਿਹੜੀ ਕਿਹੜੀ ਗੱਲਾਂ ਦੀ ਲੋੜ ਹੈਗੀ ਹੈ ਅੱਜ ਸਾਨੂੰ ਇਸ ਪਾਸੇ ਸੋਚਣ ਦੀ? ਜੇਕਰ ਹੁਣ ਗੱਲ ਕਰੀਏ ਕਮਿਊਨਿਟੀ ਸੈਂਟਰਸ ਦੀ, ਤਾਂ ਵੱਖ ਵੱਖ ਸਟੇਟਾਂ ਦੇ ਵਿੱਚ, ਕੈਲੀਫੋਰਨੀਆ ਹੋਵੇ, ਚਾਹੇ ਉਹ ਨਿਊਯਾਰਕ ਹੋਵੇ, ਚਾਹੇ ਉਹ ਨਿਊ ਜਰਸੀ ਹੋਵੇ, ਪੈਨਸਲਵੀਨੀਆ ਹੋਵੇ, ਵਰਜੀਨੀਆ ਹੋਵੇ, ਵਾਸ਼ਿੰਗਟਨ DC ਹੋਵੇ, ਵੱਖ ਵੱਖ ਸਟੇਟਾਂ ਦੇ ਵਿੱਚ ਜਿਹੜੇ ਐਸੋਸੀਏਸ਼ਨਸ ਹਨ ਉਹ ਇਸ ਮੁਤਲਕ ਕੰਮ ਤਾਂ ਕਰ ਰਹੀਆਂ ਹਨ, ਲੇਕਿਨ ਜ਼ਮੀਨੀ ਪੱਧਰ 'ਤੇ ਕਿਹੜੀ ਕਿਹੜੀ ਹੋਰ ਗੱਲਾਂ ਦੀ ਲੋੜ ਹੈਗੀ ਹੈ ਜੇਕਰ ਇਹਨਾਂ ਦੇ ਉੱਤੇ ਅਸੀਂ ਸੋਚ ਰਹੇ ਹਾਂ, ਇਹਨਾਂ ਦੇ ਉੱਤੇ ਸਾਨੂੰ ਨਿਪਟਾਰਾ ਕਰਨਾ ਹੈ ਇਹਨਾਂ ਗੱਲਾਂ ਦੇ ਉੱਤੇ? ਮੇਰੇ ਨਾਲ ਇਸ ਟਾਈਮ ਫੋਨ ਲਾਈਨ 'ਤੇ ਮੌਜੂਦ ਨੇ ਗੁਰਪ੍ਰੀਤ ਸਿੰਘ ਗੈਰੀ, ਜੋ ਕਿ ਵਰਜੀਨੀਆ ਤੋਂ ਸਾਡੇ ਨਾਲ ਫੋਨ ਲਾਈਨ 'ਤੇ ਜੁੜੇ ਨੇ, ਐਂਡ ਇਹਨਾਂ ਦਾ ਮਿਸ਼ਨ ਹੈਗਾ ਕਿ ਡਿਫਰੈਂਟ ਸਟੇਟਸ ਦੇ ਵਿੱਚ ਕਮਿਊਨਿਟੀ ਸੈਂਟਰਸ ਨੂੰ ਜਿਹੜਾ ਹੈਗਾ ਉਹ ਓਪਨ ਕੀਤਾ ਜਾਏ, ਤਾਂ ਕਿ ਬੱਚਿਆਂ ਨੂੰ ਐਂਡ ਆਫ ਦ ਡੇ ਐਜੂਕੇਸ਼ਨ ਦੇ ਨਾਲ, ਗੁਰਮਤ ਦੇ ਨਾਲ ਜੋੜਿਆ ਜਾ ਸਕੇ, ਐਂਡ ਈਵਨ ਇਹ ਵਰਜੀਨੀਆ ਦੇ ਵਿੱਚ ਕੋਸ਼ਿਸ਼ ਵੀ ਕਰਦੇ ਹਨ ਕਿ ਬੱਚਿਆਂ ਨੂੰ ਜਾ ਕੇ ਟ੍ਰੇਨਡ ਵੀ ਕਰਦੇ ਹਨ, ਐਂਡ ਇਹਨਾਂ ਦਾ ਟੀਚਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਯੂਥ ਨੂੰ ਇਸ ਤਰੀਕੇ ਨਾਲ ਟ੍ਰੇਨ ਕਰ ਦਿੱਤਾ ਜਾਏ ਕਿ ਤਾਂ ਕਿ ਬੱਚਿਆਂ ਦਾ ਧਿਆਨ ਜਿਹੜਾ ਉਹ ਇਸ ਪਾਸੇ ਜਾਏ ਹੀ ਨਾ। ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਇਹਨਾਂ ਦੇ ਵਿਚਾਰ। ਗੁਰਪ੍ਰੀਤ, ਵੀ ਵੈਲਕਮ ਯੂ ਇਨ ਆਰ ਸ਼ੋਅ ਅੱਜ ਦਾ ਮੁੱਦਾ। ਹਾਂਜੀ ਅਕਿਰਤ ਜੀ, ਥੈਂਕ ਯੂ ਵੈਰੀ ਮੱਚ ਫॉर ਦੀ ਆਪਰਚੂਨਿਟੀ। ਫਸਟ ਆਫ ਆਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਐਵਰੀਬਾਡੀ ਆਡੀਅ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਗੁਰਪ੍ਰੀਤ ਜੀ, ਆਈ ਵੁੱਡ ਲਾਈਕ ਟੂ ਨੋ ਯੋਰ ਓਪਨਿੰਗ ਕਮੈਂਟਸ ਅੱਜ ਦੇ ਮੁੱਦੇ ਦੇ ਉੱਤੇ। ਫਸਟ ਆਫ ਆਲ ਅਕਿਰਤ ਜੀ, ਥਿਸ ਇਜ਼ ਅ ਵੈਰੀ ਵੈਰੀ ਇੰਪੋਰਟੈਂਟ ਟਾਪਿਕ ਐਂਡ ਦ ਮੁੱਦਾ ਯੂ ਹੈਵ, ਐਂਡ ਆਈ ਥਿੰਕ ਇਟਸ ਨਾਟ ਅ ਪ੍ਰੋਬਲਮ ਆਈ ਵੁੱਡ ਸੇ ਓਨਲੀ ਪੰਜਾਬ। Even not, I would say, a particular community. It's overall the humanity that's affected by this sort of, you know, thing that we are kind of talking about. Mm-hmm. Again, drug is something that we all know. It's a very dangerous kind of, you know, where everybody have a situation where they're dealing either by the kids, mm-hmm. by other environments. But that's a very, very great topic you brought up, and I'd love to share my thoughts on this too. Mm-hmm. ਕੀ ਕਹਿਣਾ ਚਾਹੋਗੇ ਤੁਸੀਂ, ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੀ ਕਿਹੜੀ ਗੱਲਾਂ ਦੀ ਲੋੜ ਹੈਗੀ ਹੈ ਸਾਨੂੰ? I personally believe Harkrit ji, this is something it's very a kind of a different kind of approach which I always believe in that. If you look at the history, ਅਸੀਂ ਪੰਜਾਬ ਚ ਪੰਜਾਬ ਤੋਂ ਆਏ ਹਾਂ, ਅਗਰ ਅਮਰੀਕਾ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਜਾਂ ਈਵਨ UK ਦੇ ਵਿੱਚ, ਯੂ ਨੋ, ਸਾਡੀਆਂ ਪੁਰਾਣੀਆਂ ਜਨਰੇਸ਼ਨਸ ਵੀ ਆਈ ਨੇ, what has been happening is a very very focused on Gurdwara particular and things that is kind of related to the religious perspective. Ji. But what happens is, je koi nava banda America de vich kithe vi aunda hai ga, if you're talking about specific in America. So we do need something that is sort of we call environment. Ji. Environment da matlab hunda jithe, if you say, okay, for example, we have a community center. Ji. Somebody land into United States. Ji. And if in he or she knows, the family knows, ਇੱਥੇ ਅਮੈਰੀਕਾ ਦੇ ਜਿੱਥੇ ਵੀ ਲੈਂਡ ਕਰਦੇ ਨੇ, ਉੱਥੇ ਸਿੱਖਾਂ ਦਾ ਇੱਕ ਕਮਿਊਨਿਟੀ ਸੈਂਟਰ ਹੈਗਾ, ਵੇਅਰ ਦੇ ਗੋ ਐਂਡ ਬੇਸਿਕਲੀ ਗੈਟ ਆਲ ਕਾਈਂਡ ਆਫ ਰਿਸੋਰਸ ਐਂਡ ਸਰਵਿਸਿਸ। ਇਟ ਕੈਨ ਬੀ ਇਮੀਗ੍ਰੇਸ਼ਨ ਮੈਟਰ, ਉਹਨਾਂ ਨੂੰ ਕੋਈ ਇਮੀਗ੍ਰੇਸ਼ਨ ਦੀ ਹੈਲਪ ਚਾਹੀਦੀ ਹੈ, ਉਹਨਾਂ ਨੂੰ ਕੋਈ ਡਰਾਈਵਿੰਗ ਲਾਇਸੈਂਸ ਲੈਣ ਦੀ ਹੈਲਪ ਚਾਹੀਦੀ ਹੈ। ਉਹ ਤਾਂ ਗੁਰਦੁਆਰਾ ਸਾਹਿਬ ਉਹ ਸਾਰੇ ਗਏ ਨੇ ਇੱਥੇ, ਹਾਂਜੀ, ਉਹ ਤਾਂ ਗੁਰਦੁਆਰਾ ਸਾਹਿਬ ਆਲਰੇਡੀ ਹੈਗੇ ਨਾ ਹੋਣ ਦੇ ਵਿੱਚ। Nahin, that's true, but I'm just saying that's what not happening in the Gurdwara. I'm talking about the community center, you see. So what do you think, ki Gurdwara sahib de vich ki nahi ho reha? So technically, if you look at overall aspect, Gurdwara de vich ki hega, we are following the traditional and the religious ceremony that we everybody go in the morning and, you know, do all the worship part, learn kirtan, langar, whatever have. Even a lot of Punjabi school are doing the same thing, teaching Punjabi, which is a great resource we have available to connect the community. But in order to build a stronger community, we got to work something out of the Gurdwara perspective. What that means is we have to basically help our community to get educated, give them computer classes. If they are lacking to English, to make sure they understand and they learn English here. In order to be successful in this country, you have to understand the language, you need to learn the computer and become successful by the things that's needed. When you are successful,
automatically your environment makes a big difference. Therefore, you're not focused towards something that is useless in your life. Therefore, you're focused towards success. ਜਿਹੜਾ ਬੰਦਾ ਪੰਜਾਬ ਤੋਂ ਇੱਕ ਕੋਈ ਬਾਹਰ ਵਿੱਚ ਅਮਰੀਕਾ ਜਾ ਰਿਹਾ ਹੈ, ਅਲਟੀਮੇਟਲੀ ਲੁਕਿੰਗ ਫਾਰ ਸਕਸੈਸ. ਹੁਣ ਸਕਸੈਸ ਇਜ਼ ਬੇਸਿਕਲੀ ਆਲ ਗੋਸ ਬੈਕ ਟੂ ਵੈਨ ਯੂ ਗੈਟ ਦ ਰਾਈਟ ਪੀਪਲ ਵਿਦ ਯੂ ਟੂ ਮੇਕ ਯੂ ਸਕਸੈਸਫੁਲ ਔਰ ਹੈਲਪ ਯੂ ਟੂ ਬਿਕਮ ਸਕਸੈਸਫੁਲ. ਅਗਰ ਸਾਡੇ ਕੋਲ ਅਗਰ ਕੋਈ ਵੀ ਐਸਾ ਕੋਈ ਪਲੇਟਫਾਰਮ ਹੈ ਜਿੱਥੇ ਬੰਦਾ ਅਮਰੀਕਾ ਚ ਲੈਂਡ ਕਰੇ ਐਂਡ ਦੇ ਹੈਵ ਅ ਕਮਿਊਨਿਟੀ ਸੈਂਟਰ ਐਂਡ ਦੇ ਲੈਂਡ ਦੇਅਰ ਗੋ ਦੇਅਰ ਟਾਕ ਐਂਡ ਗੈਟ ਆਲ ਕਾਈਂਡ ਆਫ ਸਰਵਿਸ ਦੇ ਨੀਡ ਐਂਡ ਵਾਈ ਵੁੱਡ ਸਮਬਡੀ ਵਿਲ ਗੋ ਆਊਟ ਆਫ ਦੈਟ ਕਮਿਊਨਿਟੀ ਐਂਡ ਡੂ ਸਮਥਿੰਗ ਐਲਸ ਦੈਟਸ ਅਪਰੋਪ੍ਰੀਏਟ. Why they will distract her? Why I will not get a job? So ultimately, I think community center is the most important answer that where we can accommodate. ਤੁਹਾਨੂੰ ਲੱਗਦਾ ਹੈ ਗੁਰਪ੍ਰੀਤ ਕੀ ਕਮਿਊਨਿਟੀ ਸੈਂਟਰਸ ਦੇ ਇਲਾਵਾ ਇਹ ਜਿਹੜੀ ਰਿਸਪੋਂਸਿਬਿਲਟੀ ਹੈ ਇਹ ਗੁਰਦੁਆਰਾ ਸਾਹਿਬ ਦੀ ਜਿਹੜੀ ਮੈਨੇਜਮੈਂਟ ਹੈ ਉਹਨਾਂ ਨੂੰ ਵੀ ਸੋਚਣੀ ਚਾਹੀਦੀ ਹੈ ਇਸ ਮੁਤਲਕ? No, I think they must, but that's where the problem is leadership. We have the leadership in the Gurdwara, the traditional leadership that following from ages. And their leadership is nothing but just voting system. Jo bhi itthe pradhan hai ya jo bhi member committee hai, I do respect everybody. And then same leadership comes again, same other leadership. But the thought process is not changing. The youth is not getting involved. The youth is not getting out of what they need. Therefore, they get distracted and they move on to something else what that makes sense to them to move on. ਤੁਹਾਨੂੰ ਲੱਗਦਾ ਹੈ ਕਿ ਮਤਲਬ ਤੁਹਾਡਾ ਕਹਿਣ ਦਾ ਤਰਕ ਜਿਹੜਾ ਕਿ ਲੀਡਰਸ਼ਿਪ ਦੀ ਪੋਲੀਟਿਸ਼ ਜਿਹੜੇ ਪੋਲੀਟਿਕਸ ਗੁਰਦੁਆਰਾ ਸਾਹਿਬ ਦੇ ਵਿੱਚ ਹੁੰਦੀ ਹੈ, ਇਸ ਕਰਕੇ ਨਵੀਂ ਪਨੀਰੀ ਨੂੰ ਯੂਥ ਨੂੰ ਜੋੜਿਆ ਨਹੀਂ ਜਾ ਰਿਹਾ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਫਿਰ ਕਮਿਊਨਿਟੀ ਸੈਂਟਰਸ ਦੇ ਵਿੱਚ, ਇਸ ਕਰਕੇ ਇਹ ਜਿਹੜੀ ਸਮੱਸਿਆ ਇਹ ਆ ਰਹੀ ਹੈ, ਤੁਹਾਡਾ ਕਹਿੰਦਾ ਤਰਕ ਹੈ? ਭਾਜੀ ਜਿਹੜੀ ਚੇਂਜ ਹੈਗੀ ਹੈ ਨਾ ਉਹ ਯੂਥ ਤੋਂ ਹੀ ਹੁੰਦੀ ਹੈ, ਨੋ ਮੈਟਰ ਜਿਹੜਾ ਮਰਜ਼ੀ ਤੁਸੀਂ ਸਮਾਂ ਦੇਖ ਲਓ, ਚੇਂਜ ਯੂਥ ਤੋਂ ਹੀ ਹੋਏਗੀ, ਰਾਈਟ ਜੀ? ਸੋ ਜੋ ਵੀ ਕਮਿਊਨਿਟੀ ਕਰ ਰਹੀ ਹੈ ਆਪਣੇ ਕਮਿਊਨਿਟੀ ਮੈਨੇਜਮੈਂਟ ਕਮੇਟੀ ਗੁਰਦੁਆਰੇ ਕਰਦੀ ਹੈਗੀ ਹੈ, ਦੇ ਆਰ ਟ੍ਰਾਇੰਗ ਦੇਅਰ ਬੈਸਟ ਵਟ ਐਵਰ ਦੇ ਕੈਨ ਡੂ ਬੇਸਡ ਔਨ ਦੇਅਰ ਥਾਟ ਪ੍ਰੋਸੈਸ, ਬੇਸਡ ਔਨ ਦੇਅਰ ਏਜ ਐਂਡ ਦੇਅਰ ਐਕਸਪੀਰੀਅੰਸ. But we living in a western society. We need the kids who are raising this country, and they understand the language very well, they understand the political very well. They know everything that very well better than us, and we should create an environment where they get this platform, they get the stage, and they should run the show. So that way they will have more participation, more involvement, to have a better outcome for the community, by the community, and of course then we have a great leader who can basically participate into our existing political system, because they are running and they have a full support within the Gurdwara to take our problem or issue to the US White House. ਗੁਰਪ੍ਰੀਤ, ਤੁਹਾਨੂੰ ਲੱਗਦਾ ਹੈ ਇਹਦਾ ਕਾਰਨ ਵੀ ਇਹੀ ਹੈ ਕਿ ਅਸੀਂ ਅਮਰੀਕਾ ਦੀ ਪੋਲਿਟਿਕਸ ਦੇ ਵਿੱਚ ਵੀ ਮੇਜਰ ਰੋਲ ਜਿਹੜਾ ਪਲੇ ਕਰ ਸਕਦੇ ਹਾਂ ਉਹ ਨਹੀਂ ਕਰ ਪਾ ਰਹੇ ਹਾਂ ਕਿਉਂਕਿ ਯੂਥ ਨੂੰ ਕਿਉਂਕਿ ਸਾਡੇ ਜੀ ਦਿਸ ਇਜ਼ ਵਨ ਆਸ ਅ ਲੀਡਰਸ਼ਿਪ ਆ ਬਿਲਡਿੰਗ ਲੀਡਰ ਇਜ਼ ਨਾਟ ਟੂ ਗੋ ਗੁਰਦੁਆਰਾ ਟੂ ਕੀਰਤਨ ਐਂਡ ਦੈਨ ਯੂ ਨੋ ਲੰਗਰ ਸੇਵਾ, ਦੈਟਸ ਨਾਟ ਸਫੀਸ਼ੀਐਂਟ ਟੂ ਬਿਲਡ ਲੀਡਰਸ ਜੀ. ਲੀਡਰ ਮੀਨਸ ਯੂ ਰੇਜ਼ ਇਨ ਦਿਸ ਕੰਟਰੀ, ਯੂ ਅੰਡਰਸਟੈਂਡ ਦ ਪੋਲੀਟੀਕਲ ਸਿਸਟਮ, ਯੂ ਅੰਡਰਸਟੈਂਡ ਦ ਕਲਚਰ, ਯੂ ਅੰਡਰਸਟੈਂਡ ਦ ਲੈਂਗੁਏਜ. You need to leverage that resources that you buy, what you have it, and basically incorporate with our religion, our history, and take the message back to the US community, or I would say the White House and the political system, and promote our Sikhi, our kind of our agenda. Matlab kehnda tuhanu bhav hai ki jekar assi inna gallan de utte soch liye te White House de vich vi paggan ik din zarur dikhan giyan. Definitely, Vijay. I think this is the very, very simple logic. Anybody, any community, so far it's visible in White House other than the white community, I would say. It's only because they started thinking about it that there is no way you can succeed in this country unless you have a political presence in the White House. Ji. ਅਤੇ ਉਹ ਸ਼ੁਰੂਆਤ ਘਰ ਤੋਂ ਹੀ ਹੁੰਦੀ ਹੈ ਔਰ ਉਹ ਸ਼ੁਰੂਆਤ ਹੋਏਗੀ ਕਮਿਊਨਿਟੀ ਸੈਂਟਰਸ ਤੋਂ, ਗੁਰਦੁਆਰੇ ਤੋਂ। ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਆਪਣੇ ਵੈਲਿਊਬਲ ਕਮੈਂਟਸ ਫੀਡਬੈਕ ਸਾਨੂੰ ਦੇਣ ਦੇ ਲਈ ਇਸ ਮੁਤਲਕ। ਥੈਂਕ ਯੂ ਜੀ, ਧੰਨਵਾਦ ਧੰਨਵਾਦ ਜੀ। ਅਤੇ ਫਿਲਹਾਲ ਜੀ ਮੈਂ ਦੇਖ ਪਾ ਰਿਹਾ ਕਿ ਹੁਣ ਮੈਂ ਜਾਣਨਾ ਚਾਹੁੰਦਾ ਤੁਹਾਡੇ ਵਿਚਾਰ ਅਤੇ ਤਰਕ ਤੁਹਾਡੇ ਸਾਹਮਣੇ ਰੱਖ ਦਿੱਤੇ ਹਨ, ਮੁੱਦਾ ਤੁਹਾਡੇ ਸਾਹਮਣੇ ਰੱਖ ਦਿੱਤਾ, ਹੁਣ ਤੁਸੀਂ ਫੈਸਲਾ ਕਰਨਾ ਹੈ। ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰਨੀ ਹੈ ਔਰ ਸਿੱਧੀ ਕਾਲ ਕਰਕੇ ਆਪਣੇ ਵਿਚਾਰ ਮੇਰੇ ਨਾਲ ਸਾਂਝੇ ਕਰਨੇ ਨੇ ਇਸ ਬ੍ਰੇਕ ਤੋਂ ਉਸ ਪਾਰ।